ਲੋਕਾਂ ਦੀ ਜਿਹੜੀ ਡਿਮਾਂਡ ਆ ਨੇਅਰਪੋਰਟ 10-12 ਸਾਲ ਤੋਂ ਜ਼ਿਆਦਾ ਹੋਈ ਹੈ। ਪਹਿਲਾਂ ਇੰਨਾ ਕਰੇਜ਼ ਨਹੀਂ ਹੁੰਦਾ ਸੀ, ਹੁਣ ਜਿਹੜੀ ਡਿਮਾਂਡ ਆ ਜ਼ਿਆਦਾਤਰ ਲੱਡੂ ਗੋਪਾਲ ਦੀ, ਹੁਣ ਮਾਤਾ ਰਾਣੀ ਦੀ, ਰਾਧਾ ਰਾਣੀ ਦੀ, ਰਾਧਾ ਕ੍ਰਿਸ਼ਨ ਦੀ ਬੜੀ ਡਿਮਾਂਡ ਹੋ ਗਈ ਹੈ। ਲੋਕ ਆਪਣਾ ਜਿਹੜਾ ਗੋਪਾਲ ਜੀ ਹੈ ਉਹਨਾਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਦੇ ਆ, ਉਹਨਾਂ ਦੀ ਸੇਵਾ ਕਰਦੇ ਆ, ਉਹਦਾ ਹੀ ਪੂਜਾ ਕਰਦੇ ਆ ਜਿੱਦਾਂ ਆਪਣੇ ਬੱਚਿਆਂ ਦੀ ਕਰਦੇ ਆ। ਜਿੱਦਾਂ ਅਸੀਂ ਵਿਆਹ ਸ਼ਾਦੀ ਆਪਣੀ ਘਰ ਦੀ ਸ਼ੋਪਿੰਗ ਕਰਦੇ ਹਾਂ ਜਾਂ ਫੰਕਸ਼ਨ ਕੋਈ ਆਉਂਦਾ ਉਹਨਾਂ ਦੀ ਸ਼ੋਪਿੰਗ ਕਰਦੇ ਹਾਂ, ਉੱਦਾਂ ਹੀ ਉਹਨਾਂ ਦੇ ਪੂਰੇ ਸ਼ਿੰਗਾਰ ਦਾ ਜਨਮਦਿਨ ਆਪਣੇ ਧੂਮਧਾਮ ਨਾਲ ਮਨਾਉਂਦੇ ਹਾਂ। ਪਹਿਲੇ ਤਾਂ ਮੈਂ ਜਨਮ ਅਸ਼ਟਮੀ ਦੀਆਂ ਸਾਰਿਆਂ ਨੂੰ ਵਧਾਈਆਂ ਦਿੰਦਾ। ਜਨਮ ਅਸ਼ਟਮੀ ਦੇ ਰਿਲੇਟਿਡ ਜੋ ਹੈ ਲੱਟੂ ਗੋਪਾਲ ਜੀ ਦੀਆਂ ਡਰੈੱਸਾਂ ਵਗੈਰਾ ਪੂਰਾ ਸ਼ਿੰਗਾਰ, ਔਰ ਮਾਤਾ ਰਾਣੀ ਦਾ ਆਉਣ ਵਾਲੇ ਨਵਰਾਤਿਆਂ ਦੇ ਵਿੱਚ ਜਿਹੜਾ ਸ਼ਿੰਗਾਰ ਦਾ ਸਮਾਨ ਸਾਰਾ ਉਪਲਬਧ ਹੈ, ਔਰ ਸਾਰੀ ਜਿਹੜੀ ਹੈ ਫੈਂਸੀ ਵਰਾਇਟੀ ਹੈ ਮਾਰਕੀਟ ਨੂੰ ਹਟ ਕੇ। ਅਸੀਂ ਇੱਕ ਚੀਜ਼ ਦੇਖਿਆ ਕਿ ਪਹਿਲਾਂ ਇੰਨਾ ਕਰਾਊਡ ਨਹੀਂ ਹੁੰਦਾ ਸੀ, ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਇਹ ਦੇਖਿਆ ਕਿ ਬਹੁਤ ਜ਼ਿਆਦਾ ਲੋਕ ਆਉਣੇ ਸ਼ੁਰੂ ਹੋ ਗਏ। ਲੋਕਾਂ 'ਤੇ ਕੀ ਡਿਮਾਂਡ ਹੈ ਇਸ ਸਮਾਨ ਨੂੰ ਲੈ ਕੇ? ਲੋਕਾਂ ਦੀ ਜਿਹੜੀ ਡਿਮਾਂਡ ਆ ਨੇਅਰਪੋਰਟ 10-12 ਸਾਲ ਤੋਂ ਜ਼ਿਆਦਾ ਹੋਈ ਹੈ। ਪਹਿਲਾਂ ਇੰਨਾ ਕਰੇਜ਼ ਨਹੀਂ ਹੁੰਦਾ ਸੀ, ਹੁਣ ਜਿਹੜੀ ਡਿਮਾਂਡ ਆ ਜ਼ਿਆਦਾਤਰ ਲੱਡੂ ਗੋਪਾਲ ਦੀ, ਹੁਣ ਮਾਤਾ ਰਾਣੀ ਦੀ, ਰਾਧਾ ਰਾਣੀ ਦੀ, ਰਾਧਾ ਕ੍ਰਿਸ਼ਨ ਦੀ ਬੜੀ ਡਿਮਾਂਡ ਹੋ ਗਈ ਹੈ। ਔਰ ਲੋਕ ਆਪਣਾ ਜਿਹੜਾ ਗੋਪਾਲ ਜੀ ਹੈ ਉਹਨਾਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਦੇ ਆ, ਉਹਨਾਂ ਦੀ ਸੇਵਾ ਕਰਦੇ ਆ, ਉਹਦਾ ਹੀ ਪੂਜਾ ਕਰਦੇ ਆ ਜਿੱਦਾਂ ਆਪਣੇ ਬੱਚਿਆਂ ਦੀ ਕਰਦੇ ਆ। ਸਮਾਨ ਆਪਾਂ ਵਿੱਚ ਇਹ ਦੇਖਿਆ ਗਿਆ ਕਿ ਜਿਹੜੇ ਲੱਡੂ ਗੋਪਾਲ ਹੈ ਇਸ ਦੇ ਵਿੱਚ ਇਹਨਾਂ ਦੇ ਸ਼ਿੰਗਾਰ ਦੇ ਲਈ ਵਰਤੇ ਜਾਣ ਵਾਲੀ ਕਿਹੜੀਆਂ ਕਿਹੜੀਆਂ ਚੀਜ਼ਾਂ, ਉਸ ਦੇ ਬਾਰੇ ਥੋੜ੍ਹਾ ਦੱਸ ਦਿਓ। ਜਿੱਦਾਂ ਸ਼ਿੰਗਾਰ ਦੇ ਵਿੱਚ ਇਹਨਾਂ ਦੇ ਬਸਤਰ ਹੋ ਗਏ, ਮੁਕਟ ਹੋ ਗਏ, ਪਗੜੀ ਹੋ ਗਈ, ਮਾਲਾ, ਹਾਰ, ਸ਼ਿੰਗਾਰ, ਕਾਂਟੇ, ਬਿੰਦੀ, ਹਰ ਤਰ੍ਹਾਂ ਦਾ ਸਮਾਨ ਇਹਨਾਂ ਦੇ ਸਿਰ ਤੋਂ ਲੈ ਕੇ ਪੈਰ ਤੱਕ ਸਜਾਵਟ ਦਾ ਸਮਾਨ ਆਉਂਦਾ, ਔਰ ਡਿਮਾਂਡ ਵੀ ਪੂਰੀ ਰਹਿੰਦੀ ਹੈ। ਕੁਛ ਖਾਸ ਸਮਾਨ ਹੈ ਥੋੜ੍ਹਾ ਦੱਸ ਵੀ ਦਿਓ ਸਾਡੇ ਦਰਸ਼ਕਾਂ ਨੂੰ ਵੀ ਕਿਹੜਾ ਕਿਹੜਾ ਇੱਥੇ ਤੁਹਾਡੇ ਅਵੇਲੇਬਲ ਹੈਗਾ ਸਮਾਨ? ਜਿੱਦਾਂ ਤੁਸੀਂ ਦੇਖੋ ਇੱਧਰ ਸਾਡੇ ਝੂਲੇ ਹੈ, ਇੱਧਰ ਝੂਲੇ ਫੈਂਸੀ ਝੂਲੇ ਜਿਹੜੇ ਲੱਗੇ ਆ ਬਨਾਰਸ ਦੇ ਲੱਗੇ ਹੈ, ਜਾਂ ਮਾਲਾ ਵਗੈਰਾ, ਇੱਧਰ ਮਾਤਾ ਦੀਆਂ ਮੂਰਤੀਆਂ ਰਾਧਾ ਕ੍ਰਿਸ਼ਨ ਦੀਆਂ, ਹਰ ਤਰ੍ਹਾਂ ਦੀ ਵਰਾਇਟੀ, ਹਰ ਤਰ੍ਹਾਂ ਦੀ ਡਿਮਾਂਡ ਇੱਥੇ ਵਿਕਦੀ ਹੈ। ਅਸੀਂ ਇੱਕ ਚੀਜ਼ ਹੋਰ ਤੁਹਾਡੇ ਕੋਲ ਜਾਣਨਾ ਚਾਹੁੰਦੇ ਹਾਂ ਕਿ ਜਿਹੜੇ ਲੋਕ ਆਉਂਦੇ ਪਏ ਆ, ਗ੍ਰਾਹਕ ਆਉਂਦੇ ਪਏ ਆ, ਉਹਨਾਂ ਵਿੱਚ ਕਿਵੇਂ ਦਾ ਉਤਸ਼ਾਹ ਨਜ਼ਰ ਆਉਂਦਾ ਪਿਆ? ਉਹਨਾਂ ਦਾ ਜਿਹੜਾ ਉਤਸ਼ਾਹ ਹਰ ਸਾਲ ਨਹੀਂ, ਹਰ ਮਹੀਨੇ ਬਾਅਦ ਉਹ ਆਪਣੀ ਸ਼ੋਪਿੰਗ ਕਰਦੇ, ਜਿੱਦਾਂ ਅਸੀਂ ਵਿਆਹ ਸ਼ਾਦੀ ਆਪਣੀ ਘਰ ਦੀ ਸ਼ੋਪਿੰਗ ਕਰਦੇ ਹਾਂ ਜਾਂ ਫੰਕਸ਼ਨ ਕੋਈ ਆਉਂਦਾ ਉਹਨਾਂ ਦੀ ਸ਼ੋਪਿੰਗ ਕਰਦੇ ਹਾਂ, ਉੱਦਾਂ ਹੀ ਉਹਨਾਂ ਦੇ ਪੂਰੇ ਸ਼ਿੰਗਾਰ ਦਾ ਜਨਮਦਿਨ ਆਪਣੇ ਧੂਮਧਾਮ ਨਾਲ ਮਨਾਉਂਦੇ ਆ। ਕੁਝ ਕਹਿਣਾ ਚਾਹੁੰਦੇ ਲੋਕਾਂ ਨੂੰ? ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣੀ ਸੇਵਾ ਭਾਵਨਾ ਨਾਲ ਜੁੜੇ ਰਹੋ, ਔਰ ਮੇਰੇ ਵੱਲੋਂ ਬਹੁਤ ਹੀ ਹਾਰਦਿਕ ਅਭਿਨੰਦਨ।